ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਅਤੇ ਅੱਜ ਆਪਾਂ ਨਾ ਆਲੂਆਂ ਦੇ ਰਿਲੇਟਡ ਹੀ ਗੱਲ ਕਰਨੀ ਆ, ਕਿ ਥੋੜ੍ਹਾ ਜਿਹਾ ਜਿੰਨੀ ਕੁ ਮੈਂ ਨੌਲੇਜ ਲਈ ਆ, ਕੰਪਨੀ ਵਾਲੇ ਸਰ ਆਏ ਸੀਗੇ, ਮੈਂ ਉਹਨਾਂ ਤੋਂ ਨੌਲੇਜ ਲਈ ਥੋੜ੍ਹੀ ਜਿਹੀ, ਹੈ ਨਾ, ਜਿੰਨਾ ਕੁ ਮੈਨੂੰ ਪਤਾ ਤਾਂ ਸੀਗਾ, ਪਰ ਮੈਨੂੰ ਉਹਦੇ ਨਾ ਪਾਉਣ ਦਾ ਨਹੀਂ ਸੀ ਪਤਾ ਤਰੀਕਾ। ਮੈਨੂੰ ਬਹੁਤ ਵੀਰ ਪੁੱਛਦੇ ਸੀਗੇ ਕਿ ਵੀਰੇ ਤੁਸੀਂ ਕਿਵੇਂ ਪਾਉਂਦੇ ਹੋ, ਹੈ ਨਾ, ਕਿ ਇੱਕ ਆਪਣੇ ਉਹ ਆਲੂਆਂ ਦੇ ਉੱਤੇ ਆਉਂਦੀ ਨਹੀਂ ਹੁੰਦੀ, ਮੈਂ ਤੁਹਾਨੂੰ ਦਿਖਾਉਣਾ, ਕੋਮਨ ਸਕੈਪ ਜਿਹਨੂੰ ਕਹਿ ਦਿੰਦੇ ਆ, ਆਪਣੇ ਉਹ ਚਿਤਰੀ ਰੋਗ ਵੀ ਕਹਿ ਦਿੰਦੇ ਆ, ਆਹ ਵਾਲਾ ਵੀਰੇ, ਆਹ ਵਾਲਾ ਰੋਗ, ਹੈ ਨਾ, ਇਹਨੂੰ ਕਹਿ ਦਿੰਦਾ ਕੋਮਨ ਸਕੈਬ। ਅਤੇ ਇਹ ਇਹਦੇ ਵਿੱਚ ਕਈ ਤਰ੍ਹਾਂ ਦਾ ਹੋ ਜਾਂਦੇ ਆ ਲੱਛਣ ਜੇ ਇਹਦੇ, ਹੈ ਨਾ, ਜਿਵੇਂ ਆਪਣੇ ਆਲੂਆਂ ਦੇ ਉੱਤੇ, ਇਹ ਜ਼ਿਆਦਾਤਰ ਪੁਰਾਣੇ ਖੇਤਾਂ 'ਚ ਵੀ ਆਉਣ ਲੱਗ ਜਾਂਦੀਆਂ, ਨਵਿਆਂ 'ਚ ਵੀ ਆਉਣ ਲੱਗ ਜਾਂਦੀਆਂ, ਹੈ ਨਾ। ਅਤੇ ਇਹਦੇ ਲਈ ਮੈਂ ਪਤਾ ਕਰਿਆ ਸੀਗਾ ਅੱਜ, ਮੈਂ ਪਤਾ ਤਾਂ ਇੱਕ ਦਿਨ ਅੱਗੇ ਪਿਛਲੇ ਸਾਲ ਵੀ ਇਹਨਾਂ ਨੇ ਮੈਨੂੰ ਸਮਝਾਇਆ ਸੀਗਾ, ਅਤੇ ਐਤਕੀ ਹੁਣ ਵੀ ਕਈ ਵੀਰ ਪੁੱਛਦੇ ਸੀਗੇ ਵੀ ਵੀਰੇ ਕਿਵੇਂ ਹੱਲ ਆ, ਕੀ ਇਹਦਾ ਹੱਲ ਆ, ਹੈ ਨਾ। ਅਤੇ ਮੈਂ ਕਿਹਾ ਚਲੋ ਵੀਰੇ ਦੇਖ ਕੇ ਦੱਸਦੇ ਹਾਂ, ਹੈ ਨਾ, ਵੀ ਮੈਨੂੰ ਬਹੁਤ ਵੀਰਾਂ ਦੇ ਫੋਨ ਕਾਲ ਆਉਂਦੀਆਂ ਸੀ ਵੀਰੇ ਵੀ ਇਹਦਾ ਕੋਈ ਹੱਲ ਹੈਗਾ, ਵੀ ਬਾਹਲੇ ਏਰੀਏ ਦੇ ਵਿੱਚ ਇਹ ਸਾਡੇ ਆਉਂਦੀ ਆ, ਵੀ ਸਾਡੇ ਤਾਂ ਨਵੇਂ ਖੱਤਿਆਂ ਦੇ ਵਿੱਚ ਹੀ ਆਉਂਦੀ ਆ। ਇਹ ਨਾ ਇੱਕ ਬੈਕਟੀਰੀਆ ਵਾ, ਅਤੇ ਇਹ ਮਿੱਟੀ ਦੇ ਵਿੱਚ ਜਿਹੜਾ ਆਪਣੇ ਹੁੰਦਾ, ਇਹ ਨਾ ਜਿਹੜੀ ਦਵਾਈ ਆ, ਯਾਨੀ ਕਿ ਜਿਹੜਾ ਕੁਛ ਵੀ ਆਪਾਂ ਇਹਦੇ ਵਰਤਣਾ ਵਾ, ਇਹ ਆਪਾਂ ਨੂੰ ਵਰਤਣਾ ਪੈਣਾ ਵਾ ਝੋਨਾ ਲਾਉਣ ਤੋਂ ਪਹਿਲਾਂ, ਝੋਨੇ ਤੋਂ ਪਹਿਲਾਂ ਆਪਾਂ ਨੂੰ ਵਰਤਣਾ ਪੈਣਾ। ਜਦੋਂ ਸਮਝ ਲਓ, ਸਪੋਜ਼ ਕਰੋ ਕਿ ਆਪਾਂ ਇੱਕ ਕਿੱਲਾ, ਅੱਧਾ ਕਿੱਲਾ ਵਾ, ਹੈ ਨਾ, ਅੱਧੇ ਕਿੱਲੇ ਦੇ ਕਿੱਲਾ ਰੱਖੋ ਕਿ ਇੱਕ ਏਕੜ ਆ, ਇੱਕ ਏਕੜ ਦੇ ਆਪਾਂ ਛੋਟੇ ਛੋਟੇ ਕਿਆਰੇ ਬਣਾ ਲੈਣੇ ਆ, ਤਿੰਨ ਜਾਂ ਚਾਰ ਕਿਆਰੇ ਬਣਾ ਲਈਏ, ਚਾਰ ਬਣਾ ਲਓ ਜਾਂ ਪੰਜ ਬਣਾ ਲਓ। ਇੱਕ ਕਿੱਲੇ ਦੇ ਵਿੱਚ ਆਪਾਂ ਬਲੀਚਿੰਗ ਪਾਊਡਰ ਲੈ ਲੈਣਾ, ਬਲੀਚਿੰਗ ਪਾਊਡਰ ਆਉਂਦਾ ਵਾ, ਤੁਸੀਂ ਕਿਤੋਂ ਵੀ ਲੈ ਸਕਦੇ ਹੋ, ਉਹ ਇੱਕ ਕਿੱਲੇ ਦੇ ਵਿੱਚ 8 ਤੋਂ 10 ਏਕੜ ਪੈਣਾ ਵੀਰੇ, 8 ਤੋਂ 10 ਕੇਜੀ ਬਲੀਚਿੰਗ ਪਾਊਡਰ ਪੈਂਦਾ, ਠੀਕ ਨਹੀਂ। ਉਹ ਜਿਹੜਾ ਬਲੀਚਿੰਗ ਪਾਊਡਰ ਆ, ਉਹਦਾ ਕੰਮ, ਉਹਨੇ ਕੰਮ ਤਾਂ ਕਰਨਾ ਵੀ ਜਦੋਂ ਆਪਾਂ ਬਲੀਚਿੰਗ ਪਾਊਡਰ ਉਦੋਂ ਪਾਉਣਾ ਵਾ, ਇਉਂ ਨਹੀਂ ਹੈਗਾ ਕਿ ਆਪਾਂ ਪਹਿਲਾਂ ਹੀ ਪਾ ਕੇ ਸੁੱਟ ਦਈਏ, ਹੈ ਨਾ। ਉਹਨੂੰ ਪਾਉਣਾ ਕਾਹਦੇ ਵਿੱਚ ਆ, ਜਿਵੇਂ 10 ਕਿੱਲੋ ਆ, ਜੇ 10 ਕਿੱਲੋ ਨਾਲ ਤੁਹਾਡਾ ਛਿੱਟਾ ਨਹੀਂ ਆਉਂਦਾ, ਜਾਂ ਤਾਂ ਸੁੱਕਾ ਰੇਤਾ ਲੈ ਲਓ, ਜਿਵੇਂ ਸੁੱਕਾ ਰੇਤਾ ਹੋਵੇ, ਜਾਂ ਸੁੱਕੀ ਮਿੱਟੀ ਲੈ ਲਓ, ਨਾ ਤਾਂ ਉਹਨੂੰ ਕਿਸੇ ਯੂਰੀਏ 'ਚ ਮਿਲਾਉਣਾ, ਨਾ ਉਹਨੂੰ ਕਿਸੇ ਗਿੱਲੀ ਮਿੱਟੀ 'ਚ ਮਿਲਾਉਣਾ। ਜੇ ਉਹਨੂੰ ਆਪਾਂ ਗਿੱਲੀ ਮਿੱਟੀ 'ਚ ਮਿਲਾਤਾ ਤਾਂ ਉਹ ਤੁਹਾਡੇ ਹੱਥ ਪਾੜ ਦੂਗਾ, ਜਿਵੇਂ ਆਪਣਾ ਸੁੱਕਾ ਕੱਕਾ ਰੇਤਾ ਹੁੰਦਾ, ਕੱਕਾ ਰੇਤਾ ਜਿਹਦੇ ਨਾਲ ਆਪਾਂ ਪਲਾਸਟਰ ਕਰਦੇ ਹਾਂ, ਉਹ ਵੀ ਸੁੱਕਾ ਰੇਤਾ ਚਾਹੀਦਾ। ਜਿਹੜਾ ਬਲੀਚਿੰਗ ਪਾਊਡਰ ਆ, ਉਹ ਗਿੱਲ ਨਮੀ ਦੇ ਨਾਲ ਹੋ ਕੇ ਉਹਨੇ ਫਟ ਜਾਣਾ ਹੁੰਦਾ, ਜਿਵੇਂ ਆਪਣੀ ਕਲੀ ਨਹੀਂ ਹੁੰਦੀ, ਕਿ ਇੱਕ ਬੁਝੀ ਹੋਈ ਕਲੀ ਹੁੰਦੀ ਹੈ, ਇੱਕ ਦੂਜੀ ਕਲੀ ਹੁੰਦੀ ਹੈ, ਜਦੋਂ ਆਪਾਂ ਉਹਨੂੰ ਪਾਣੀ 'ਚ ਪਾਉਂਦੇ ਹਾਂ ਤਾਂ ਉਹ ਬਲਬਲੇ ਕੱਢਦਾ, ਅਤੇ ਉਹੀ ਚੀਜ਼ ਇਹਦੇ ਵਿੱਚ ਆ ਬਲੀਚਿੰਗ ਪਾਊਡਰ ਦੇ ਵਿੱਚ, ਕਿ ਜੇ ਇਹਨੂੰ ਕਿਤੋਂ ਵੀ ਮਾੜੀ ਜਿਹੀ ਵੀ ਨਮੀ ਲੱਗੀ ਤਾਂ ਇਹਨੇ ਤੁਹਾਡੇ ਹੱਥ ਵੜ ਦੇਣੇ, ਠੀਕ ਨਹੀਂ। ਅਤੇ ਇਹਦਾ ਹੱਲ ਇਹੀ ਆ ਕਿ ਜਦੋਂ ਆਪਾਂ ਇਹਨੂੰ ਜਮੀ ਸੁੱਕੀ ਚੀਜ਼ ਦੇ ਵਿੱਚ ਮਿਲਾਉਣਾ, ਕੱਕਾ ਰੇਤਾ ਲੈ ਲਓ ਜਾਂ ਸੁੱਕੀ ਮਿੱਟੀ ਲੈ ਲਓ, ਜਿਵੇਂ ਆਪਣੇ ਖੱਤਿਆਂ ਦੀ ਸੁੱਕੀ ਮਿੱਟੀ ਹੁੰਦੀ ਆ ਉਸ ਟਾਈਮ ਦੀ, ਉਸ ਤਰ੍ਹਾਂ ਦੀ ਸੁੱਕੀ ਮਿੱਟੀ ਲੈ ਲਓ,
ਅਤੇ ਸੁੱਕੀ ਮਿੱਟੀ ਦੇ ਵਿੱਚ ਇਹਨੂੰ ਲੈ ਕੇ ਪਾ ਦਿਓ ਹੈ ਨਾ। ਅਤੇ ਜਿਹੜਾ ਵੀ ਉਦੋਂ ਬਾਅਦ ਜਦੋਂ ਆਪਾਂ ਇਹਨੂੰ ਛਿੱਟਾ ਦੇ ਤਾ, ਸਾਰੇ ਖੱਤੇ ਚਾਹੇ ਛਿੱਟਾ ਦੇ ਦਿਓ, ਪਰ ਇਹਨੂੰ ਛਿੱਟਾ ਦੇਣ ਦੇ ਨਾਲ ਆਪਾਂ ਨੂੰ ਇਉਂ ਕਰਨਾ ਪੈਣਾ ਵੀ ਜਿਹੜਾ ਜੇ ਆਪਾਂ 1 ਕਿੱਲੇ ਦੇ ਆਪਾਂ 3 ਜਾਂ 4 ਕਿਆਰੇ ਬਣਾਏ ਆ ਨਾ, 4 ਕਿਆਰੇ ਬਣਾਏ ਆ 1 ਕਿੱਲੇ ਦੇ, ਤਾਂ ਆਪਾਂ ਨੂੰ ਉਸ ਹਿਸਾਬ ਨਾਲ 4 ਕਿਆਰਿਆਂ 'ਚ ਵੰਡਵਾਂ ਛਿੱਟਾ ਦੇ ਦਿਓ। ਠੀਕ ਆ, ਇੱਕ ਕਿਆਰੀ 'ਚ ਛਿੱਟਾ ਦੇਵੋ ਵੀ ਜਦੋਂ ਆਪਾਂ ਇਹਨੂੰ ਛਿੱਟਾ ਦੇ ਤਾ, ਇਹਨੂੰ ਅੱਧੇ ਤੋਂ ਘੰਟੇ ਦੇ ਵਿੱਚ ਵਿੱਚ ਇਹਨੂੰ ਪਾਣੀ ਨਾਲ ਭਰਨਾ ਪੈਣਾ, ਕਿਉਂਕਿ ਇਹਨੇ ਪਾਣੀ ਦੇ ਨਾਲ ਰਲ ਕੇ ਕੰਮ ਕਰਨਾ। ਇਉਂ ਨਹੀਂ ਹੈਗਾ ਕਿ ਜੇ ਆਪਾਂ ਹੁਣ ਛਿੱਟਾ ਦੇ ਤਾ ਤਾਂ ਸ਼ਾਮ ਨੂੰ ਜਾਂ ਕੱਲ੍ਹ ਨੂੰ ਪਾਣੀ ਭਰਾਂਗੇ, ਨਹੀਂ, ਇਹਨੂੰ ਆਪਾਂ ਨੂੰ ਪਾਣੀ ਜਦੀ ਭਰਨਾ ਪੈਣਾ ਇਹਦੇ ਵਿੱਚ ਪਾਣੀ, ਵੀ ਜਾਣੀ ਕਿ ਘੰਟੇ ਦੇ ਅੰਦਰ ਅੰਦਰ ਇਹਨੂੰ ਪਾਣੀ ਭਰਨਾ ਬਹੁਤ ਜ਼ਰੂਰੀ ਹੈ, ਵੀ 1 ਘੰਟੇ ਦੇ ਵਿੱਚ ਵਿੱਚ ਪਾਣੀ ਉਹ ਕਿਆਰੇ 'ਚ ਭਰਿਆ ਹੋਵੇ। ਤਾਂ ਹੀ ਮੈਂ ਕਹਿੰਦਾ ਕਿ ਛੋਟੇ ਕਿਆਰੇ ਪਾ ਲਵੇ, ਛੋਟੇ ਕਿਆਰੇ ਪਾ ਕੇ ਵੀ ਉਹ 1 ਘੰਟੇ ਦੇ ਵਿੱਚ ਆਰਾਮ ਨਾਲ ਭਰੀ ਜਾਊਗਾ, ਜਾਂ ਉਦੋਂ ਵੀ ਛੋਟਾ ਕਰ ਲਵੇ ਵੀ ਉਸ ਮੁਤਾਬਕ 8 ਤੋਂ 10 ਕਿਲੋ ਆਪਣਾ ਬਲੀਚਿੰਗ ਪਾਊਡਰ ਪੈਣਾ, ਉਸ ਮੁਤਾਬਕ ਇਹਨੂੰ ਛਿੱਟਾ ਕਰ ਦਿਓ। ਜਦੋਂ ਇਹ ਕੱਦੂ ਉਦੋਂ ਬਾਅਦ ਪੈ ਗਿਆ, ਇਹਨੂੰ ਜਦੀ ਪਾਣੀ ਭਰ ਕੇ ਆਪਦਾ ਕੱਦੂ ਕਰ ਦਿਉ, ਉਹ ਮਿਲ ਕੇ ਉਹਨਾਂ ਕੰਮ ਕਰ ਦੇਣਾ ਨੇ, ਅਤੇ ਤੁਹਾਡਾ ਖੱਤੇ ਦੇ ਵਿੱਚ ਇਹ ਪ੍ਰੋਬਲਮ ਹੱਲ ਹੋ ਜੂ। ਉਸ ਤੋਂ ਬਾਅਦ ਇਹ ਤੁਹਾਡੇ ਕੋਮਨ ਸਕੈਬ ਜਾਂ ਇਹਨੂੰ ਚੇਚਕ ਵੀ ਕਹਿ ਦਿੰਦੇ ਆ, ਯੂਪੀ ਦੇ ਵਿੱਚ ਇਹਨੂੰ ਚੇਚਕ ਕਹਿ ਦਿੰਦੇ ਹਨ, ਅਤੇ ਇਹਦਾ ਵਿੱਚ ਇਹ ਚੀਜ਼ਾਂ ਸਾਰੀਆਂ ਆਉਣੋਂ ਬੰਦ ਹੋ ਜਾਣਗੀਆਂ, ਕਦੇ ਨਹੀਂ ਆਊਗੀ ਤੁਹਾਡੇ ਖੇਤ ਦੇ ਵਿੱਚ ਇਹ ਗੱਲ। ਅਤੇ ਬਾਕੀ ਅਤੇ ਆਪਣੇ ਖੱਤੇ ਦੇ ਵਿੱਚ ਨਾ ਉਹ ਪ੍ਰੋਬਲਮ ਸੋਲਵ ਹੋ ਜੂਗੀ ਵੀਰੇ, ਤੁਸੀਂ ਇਹ ਕਰਕੇ ਦੇਖਿਓ। ਇਹ ਮੇਰੇ ਤੋਂ ਵੀ ਗਲਤੀ ਹੋਈ ਆ ਯਾਰ, ਵੀ ਇਹ ਮੈਂ ਲੇਟ ਦੱਸਿਆ ਹੈ ਨਾ, ਕਿ ਸੋਰੀ ਆ ਵੀਰੇ ਉਸ ਚੀਜ਼ ਲਈ, ਕਿ ਇਹ ਮੈਨੂੰ ਉਦੋਂ ਝੋਨੇ 'ਚ ਦੱਸਣੀ, ਇਹ ਵੀਡੀਓ ਮੈਨੂੰ ਉਦੋਂ ਝੋਨੇ 'ਚ ਪਾਉਣੀ ਚਾਹੀਦੀ ਸੀ ਜਿਹੜੀ ਵੀਡੀਓ ਮੈਂ ਹੁਣ ਪਾਈ ਆ, ਹੈ ਨਾ। ਅਤੇ ਪਰ ਵੀਰੇ ਪਤਾ ਕੀ ਆ, ਉਦੋਂ ਇਹ ਗੱਲ ਹੀ ਨਹੀਂ ਛਿੜੀ ਝੋਨੇ ਦੇ ਵਿੱਚ, ਮੇਰਾ ਵੀ ਚੇਤਾ ਨਹੀਂ ਰਿਹਾ, ਅਤੇ ਇਹ ਸਵਾਲ ਹੀ ਹੋਣ ਆਏ ਆ ਜ਼ਿਆਦਾ ਚੇਚਕਾ ਕੋਮਨ ਸਕੈਪ 'ਤੇ, ਕਿਉਂਕਿ ਮੇਰੇ ਖੱਤਿਆਂ 'ਚ ਵੀ ਆ ਜਾਂਦੀ ਆ ਕਈ ਵਾਰ, ਹੈ ਨਾ। ਜਿਹੜੇ ਮੇਰੇ ਖੇਤ 'ਚ ਆਈ ਆ, ਮੈਂ ਤਾਂ ਉੱਥੇ ਛੱਡ ਦਿੰਦਾ ਹੁੰਦਾ, ਉੱਥੇ ਮੈਂ ਕਣਕ ਲਾ ਲੈਂਦਾ, ਕਣਕ ਤੋਂ ਬਾਅਦ ਫਿਰ ਨਹੀਂ ਆਈ। ਅਤੇ ਪਰ ਹੁਣ ਮੈਂ ਅੱਗੇ ਤੋਂ ਇਹ ਰਿਜ਼ਲਟ ਸਾਰਾ ਕਰੂੰਗਾ ਮੈਂ ਜਿਹੜੇ ਜਿਹੜੇ ਖੱਤਿਆਂ 'ਚ ਆਉਂਦੀ ਆ। ਅਤੇ ਹਾਂ, ਇੱਕ ਗੱਲ ਹੋਰ ਵੀ ਹੋ ਸਕਦਾ ਹੱਲ ਉਹਦਾ, ਕਿ ਜਿਹੜੇ ਤੁਹਾਡੇ ਖੇਤ ਦੇ ਵਿੱਚ ਆਉਂਦੀ ਆ, ਤੁਸੀਂ ਉੱਥੇ LR ਆਲੂ ਲਾ ਕੇ ਦੇਖ ਲਿਓ, ਉਹ 'ਤੇ LR ਆਲੂ 'ਤੇ ਨਹੀਂ ਆਉਂਦੀ, ਇਹ ਜ਼ਿਆਦਾ ਤਾਂ ਪਖਰਾਜ 'ਤੇ ਆਉਂਦੀ ਆ, ਜੋਤੀ 'ਤੇ ਆਉਂਦੀ ਆ, ਡਾਇਮੰਡ 'ਤੇ ਆਉਂਦੀ ਆ, ਕਰੋੜਾ 'ਤੇ ਆਉਂਦੀ ਆ, ਇਹ ਆਲੂਆਂ 'ਤੇ ਬਹੁਤ ਆਉਂਦੀ ਆ, ਸੰਡਾਨਾ 'ਤੇ ਵੀ ਆਉਂਦੀ ਆ, ਜਾਣੀ ਕਿ ਇਹੋ ਜਿਹੇ ਆਲੂਆਂ 'ਤੇ ਆਉਂਦੀ ਆ। LR ਇਕੱਲਾ ਇਹੋ ਜਿਹੇ ਆਲੂ ਆ ਵੀ ਜਿਹਦੇ 'ਤੇ ਨਹੀਂ ਆਉਂਦੀ ਇਹ, ਠੀਕ ਨਹੀਂ, ਅਤੇ ਤੁਸੀਂ ਕਰਕੇ ਦੇਖਿਓ। ਅਤੇ ਹੁਣ ਆਪਾਂ ਨਾ ਐਵੇਂ ਜਿਹੜੀਆਂ ਨੌਲੇਜ ਵਾਲੀਆਂ ਵੀਡੀਓ ਆ, ਮੈਨੂੰ ਵੀ ਵੀਰੇ ਕੋਈ ਆਪਾਂ ਨੌਲੇਜ ਨੂਜ ਵਾਲੇ ਜਿੰਨੇ ਨੌਲੇਜ ਹੁੰਦੀ ਆ, ਆਪਾਂ ਜੇ ਆਪਾਂ ਨੂੰ ਨਹੀਂ ਪਤਾ ਮੈਂ ਕਿਸੇ ਤੋਂ ਲੈ ਕੇ ਵੀ ਦੱਸ ਦਿੰਦਾ। ਹੁਣ ਮੇਰੇ ਕੋਲ ਸਾਰ ਆਏ ਸੀ ਪਾਂਡੇ ਸਰ, ਉਹਨਾਂ ਨੂੰ ਮੈਂ ਪੁੱਛਿਆ ਹੈ ਨਾ ਵੀ ਸਾਰੀ ਡਿਟੇਲ ਵਾਈਜ਼, ਹੈ ਨਾ, ਉਹਨਾਂ ਨੇ ਮੈਨੂੰ ਦੱਸਿਆ ਸਾਰਾ ਕੁਝ, ਅਤੇ ਚਲੋ ਆਪਾਂ ਦੱਸ ਕੇ ਤੁਹਾਨੂੰ ਗਾਹਾਂ ਸ਼ੇਅਰ ਕਰਤਾ, ਹੈ ਨਾ, ਕਿਉਂਕਿ ਮੈਨੂੰ ਉਹਨਾਂ ਨੇ ਪਿਛਲੀ ਵਾਰ ਵੀ ਸਮਝਾਇਆ ਸੀ, ਮੇਰੇ ਕੋਲ ਸਾਰਾ ਕੁਝ ਲਿਖਿਆ ਸੀਗਾ, ਪਰ ਇੱਦਾਂ ਡਿਟੇਲ ਵਾਈਜ਼ ਸਾਰਾ ਕੁਝ ਸਮਝਾਉਣਾ ਸੀਗਾ ਵੀ ਕਿਵੇਂ ਪਾਉਣੀ ਆ, ਕਿਵੇਂ ਨਹੀਂ ਪਾਉਣੀ, ਅਤੇ ਹੁਣ ਮੈਂ ਤੁਹਾਨੂੰ ਵੀਰੇ ਪੂਰਾ ਡਿਟੇਲ ਵਾਈਜ਼ ਦੱਸਤਾ, ਹੈ ਨਾ, ਵੀ 8 ਤੋਂ 10 ਕਿਲੋ ਪੈਣੀ ਆ, ਵੀ ਕਿੱਲੇ ਦੇ ਛੋਟੇ ਛੋਟੇ ਕਿਆਰੇ ਬਣਾ ਲਓ, ਉਸ ਮੁਤਾਬਕ ਕਰ ਲਓ, ਅਤੇ ਉਹਨੂੰ ਪਾਉਣ ਤੋਂ ਪਹਿਲਾਂ ਉਹ ਧਿਆਨ ਰੱਖਿਓ ਵੀ ਉਹ ਗਿੱਲਾ ਨਾ ਹੋਵੇ ਮਿੱਟੀ, ਸੁੱਕੇ ਮਿੱਟੀ 'ਚ ਪਾਉਣਾ, ਨਹੀਂ ਤੁਹਾਡਾ ਹੱਥ ਪਾੜ ਦੂੰਗੀ। ਅਤੇ ਵੀ 1 ਘੰਟੇ ਦੇ ਵਿੱਚ ਵਿੱਚ ਉਹਨੂੰ ਪਾਣੀ ਭਰਨਾ ਜ਼ਰੂਰੀ ਹੈ, ਇਹਨੂੰ ਬਲੀਚਿੰਗ ਪਾਊਡਰ ਕਹਿੰਦੇ ਆ, ਹੈ ਨਾ। ਅਤੇ ਬਸ ਇਹ ਬਸ ਇਹਦਾ ਹੱਲ, ਕਾਫੀ ਜਿਹੜੀਆਂ ਮਿੱਟੀ ਤੋਂ ਬਿਮਾਰੀਆਂ ਲੱਗਦੀਆਂ ਬੈਕਟੀਰੀਆ, ਉਹਦਾ ਹੱਲ ਇਹ ਆ, ਕਿਉਂਕਿ ਇਹਨਾਂ ਨੇ ਯੂਪੀ ਦੇ ਵਿੱਚ ਟ੍ਰਾਇਲ ਕਰਿਆ ਸੀਗਾ, ਯੂਪੀ ਦੇ ਵਿੱਚ ਬਹੁਤ ਆਉਂਦੀ ਸੀ, ਉੱਥੇ ਸਾਰਿਆਂ ਦੇ ਸਹੀ ਹੋ ਗਿਆ, ਜਿਹਨੇ ਜਿਹਨੇ ਇਹ ਹੱਲ ਕਰਿਆ ਉਹਦੇ ਉਹਦੇ
ਆਉਣੀ ਵੀ ਸਾਰਿਆਂ ਦੇ, ਪਰ ਜਿਹਨੇ ਜਿਹਨੇ ਜਿਹੜੇ ਜਿਹੜੇ ਵੀਰਾਂ ਨੇ ਹੱਲ ਕਰਿਆ ਉਹਨਾਂ ਦੇ ਸਾਰਿਆਂ ਦੇ ਪੂਰਾ ਪ੍ਰੋਪਰ ਠੀਕ ਹੋ ਗਿਆ ਸੀਗਾ। ਅਤੇ ਬਾਕੀ ਹੁਣ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਚਲੋ ਇਹ ਹੋ ਜੂਗਾ ਹੱਲ, ਹੈ ਨਾ, ਅਤੇ ਉਹ ਵੀ ਵੀਰ ਆਪਦਾ ਦੇਖ ਲੈਣ, ਹੈ ਨਾ, ਜਿਹੜਾ ਜਿਹੜਾ ਵੀ ਕਰਨਾ ਵਾ ਜਿਨ੍ਹਾਂ ਦੇ ਖੱਤਿਆਂ 'ਚ ਆਉਂਦੀ ਆ ਉਹ ਦੇਖ ਲੈਣ। ਅਤੇ ਹੁਣ ਆਪਾਂ ਕੱਲ੍ਹ ਨੂੰ ਇੱਕ ਨਵੀਂ ਵੀਡੀਓ ਹੋਰ ਬਣਾਵਾਂਗੇ ਜਿਹਦੇ ਵਿੱਚ ਆਲੂ ਦੇ ਵਿੱਚ ਥੱਲੇ ਕੀ ਪਾਉਂਦੇ ਹਾਂ ਜਾਂ ਕੀ ਪਾਉਣਾ ਚਾਹੀਦਾ, ਕੀ ਪਾ ਸਕਦੇ ਹਾਂ, ਉਹਦੇ ਉੱਤੇ ਪੂਰੀ ਡਿਟੇਲ ਵੀਡੀਓ ਬਣਾਵਾਂਗੇ ਵੀ 0% ਤੋਂ ਲੈ ਕੇ ਅਤੇ ਐਂਡ ਤੱਕ ਆਪਾਂ ਕੀ ਪਾਉਣਾ, ਹੈ ਨਾ। ਕਿ ਬਾਕੀ ਤੁਸੀਂ ਵੀ ਦੱਸ ਦਿਆ ਕਰੋ ਵੀਰੇ ਜਿਹੜੀ ਵੀ ਚੀਜ਼ 'ਤੇ ਆਪਾਂ ਵੀਡੀਓ ਬਣਾਉਣੀ ਆ, ਜੇ ਮੈਨੂੰ ਨਹੀਂ ਵੀ ਪਤਾ ਹੈਗਾ ਆਪਾਂ ਕਿਸੇ ਤੋਂ ਪੁੱਛ ਕੇ ਵੀ ਵੀਡੀਓ ਬਣਾ ਦਾਂਗੇ ਇਹ 'ਚ। ਆਪਾਂ ਨਾ ਮੈਂ ਸੰਗਦਾ ਕਿਸੇ ਤੋਂ ਪੁੱਛਣ ਨੂੰ, ਦੇਖੋ ਜਿਹੜੀ ਚੀਜ਼ ਪਤਾ ਵਾ ਉਹ ਕਿਸੇ ਨੂੰ ਦੱਸਣ ਨਾਲ ਘਟਣ ਨਹੀਂ ਲੱਗੀ, ਜੇ ਕਿਸੇ ਤੋਂ ਪੁੱਛ ਲਾਂਗੇ ਉਹ 'ਚ ਆਪਾਂ ਨੀਵੇਂ ਨਹੀਂ ਹੋਣ ਲੱਗੇ, ਠੀਕ ਆ। ਅਤੇ ਇਸ ਕਰਕੇ ਕੋਈ ਉਹ ਆਪਾਂ ਨੂੰ ਐਂ ਸੰਗਣ ਦੀ ਜਾਂ ਸ਼ਰਮ ਕਰਨ ਦੀ ਲੋੜ ਨਹੀਂ ਹੁੰਦੀ। ਕਈ ਵਾਰ ਤੁਹਾਡੇ ਤੋਂ ਛੋਟੀ ਉਮਰ ਦਾ ਬੰਦਾ ਵੀ ਤੁਹਾਨੂੰ ਕੁਛ ਜ਼ਿਆਦਾ ਸਿਖਾ ਦਿੰਦਾ ਵੱਡੀ ਉਮਰ ਦੇ ਨਾਲ। ਇਹ ਉਮਰ ਦੇ ਨਾਲ ਨਹੀਂ ਤਜਰਬੇ ਆਉਂਦੇ ਕਿਸੇ ਕੋਲ ਕਿਵੇਂ ਹੁੰਦਾ ਕਿਸੇ ਕੋਲ ਕਿਵੇਂ ਹੁੰਦਾ। ਹਾਂ ਠੀਕ ਆ, ਜਿਹੜੀ ਅਕਲ ਹੁੰਦੀ ਆ ਉਹ ਅਕਲ ਜ਼ਰੂਰ ਉਮਰ ਦੇ ਨਾਲ ਵੱਧ ਹੁੰਦੀ ਆ ਕਿ ਹਾਂ ਬਈ ਉਹ ਅਕਲ ਨਹੀਂ ਮੈਚ ਕਰਦੀ, ਹੈ ਨਾ, ਕਿ ਆਪਾਂ ਜੇ ਕਹੀਏ ਵੀ ਆਪਣੇ ਵੱਡਿਆਂ ਦੇ ਨਹੀਂ ਆਪਾਂ ਨਹੀਂ ਬਰੋ, ਪਰ ਹਾਂ ਜਿਹੜਾ ਚੀਜ਼ ਆਹ ਨੌਲੇਜ ਆ ਇਹ ਬਈ ਆਪਣੇ ਤੋਂ ਛੋਟੀ ਉਮਰਦਿਆਂ ਨੂੰ ਵੀ ਵੱਧ ਹੋ ਸਕਦੀ ਆ, ਆਪਣੇ ਤੋਂ ਵੱਡੀ ਉਮਰਦਿਆਂ ਨੂੰ ਤਾਂ ਚਲੋ ਹੁੰਦੀ ਆ, ਕਈ ਵਾਰ ਵੱਡੀ ਉਮਰਦਿਆਂ ਨੂੰ ਨਹੀਂ ਕੁਛ ਪਤਾ ਹੁੰਦਾ, ਹੈ ਨਾ। ਇਹ ਚੀਜ਼ ਆ ਇਹ 'ਚ ਕੋਈ ਨਾ ਤਾਂ ਦੇਖੋ ਕਿਸੇ ਤੋਂ ਪੁੱਛਣ ਤੋਂ ਸੰਗਿਆ ਕਰੋ ਨਾ ਕਿਸੇ ਨੂੰ ਦੱਸਣ ਤੋਂ ਸੰਗਿਆ ਕਰੋ। ਜਿਹੜਾ ਵੀ ਵੀਰ ਜਿਸ ਤੋਂ ਪੁੱਛਦਾ ਵਾ ਜਾਂ ਕੋਈ ਤੁਹਾਡੇ ਏਰੀਏ 'ਚ ਤੁਸੀਂ ਪੁਰਾਣੇ ਆਲੂ ਲਾਉਂਦੇ ਹਾਂ ਆਪਾਂ, ਯਾਰ ਤੁਹਾਡੇ ਤੋਂ ਕੋਈ ਨੌਲੇਜ ਲੈ ਰਿਹਾ ਉਹਨੂੰ ਸਹੀ ਗਾਈਡ ਕਰਿਆ ਕਰੋ, ਕਿ ਕਿਉਂਕਿ ਸਾਰੇ ਫਾਰਮਰ ਯਾਰ ਆਪਾਂ ਇੱਕੋ ਜਿਹੇ ਹਾਂ, ਹੈ ਨਾ। ਅਤੇ ਮੈਂ ਤੁਹਾਨੂੰ ਆਪਦੀ ਗੱਲ ਦੱਸ ਦਿੰਦਾ, ਜਦੋਂ ਮੈਂ ਅਸੀਂ ਜਾਣ ਕੇ ਮੈਂ ਕਿਸੇ ਤੋਂ ਵੀ ਪੁੱਛਣਾ ਕਿਸੇ ਨੇ ਕਦੇ ਸਹੀ ਗਾਈਡ ਨਹੀਂ ਕਰਿਆ, ਸਿੱਧੀ ਗੱਲ ਦੱਸਾਂ ਸਰ। ਅਤੇ 2015 'ਚ ਅਸੀਂ ਟਰੈਕਟਰ ਲੈਣਾ ਸੀਗਾ 5475, ਹੈ ਨਾ, ਕਿਸੇ ਦੇ ਕੋਲ ਚਲਾ ਕੇ ਦੇਖਣ ਨੂੰ ਸੀਗਾ ਬੰਦਿਆਂ ਦੇ ਕੋਲ, ਹੈ ਨਾ, 2-3 ਘਰਾਂ ਦੇ ਵਿੱਚ ਸੀਗੇ ਉਦੋਂ ਟਰੈਕਟਰ। ਅਤੇ ਅਸੀਂ ਕੰਪਨੀ ਵਾਲਿਆਂ ਨੂੰ ਕਿਹਾ ਵੀ ਯਾਰ ਅਸੀਂ ਟਰੈਕਟਰ ਦੇਖਣਾ, ਹੈ ਨਾ, ਵੀ ਸਾਨੂੰ ਵੀ ਦਿਖਾ ਦਿਉ, ਹੈ ਨਾ, ਵੀ ਟਰੈਕਟਰ ਕਿਹੋ ਜਿਹਾ। 50-75 ਕਦੀ ਦੇਖਿਆ ਹੀ ਨਹੀਂ ਸੀਗਾ, ਅਤੇ ਯੂਟਿਊਬ 'ਤੇ ਵੀਡੀਓ ਮਾੜੀ ਮੋਟੀ ਸੀਗੀ ਉਹ 'ਤੇ ਦੇਖ ਲਿਆ, ਹੈ ਨਾ। ਅਤੇ ਚਲੋ ਉਹ ਕਹਿੰਦੀ ਅਸੀਂ ਪੁੱਛਦੇ ਹਾਂ, ਤੁਸੀਂ ਦੇਖ ਲਓ ਬੰਦਿਆਂ ਨੇ ਸ਼ਰੇਆਮ ਜਵਾਬ ਦਿੱਤਾ ਸੀ ਵੀ ਨਹੀਂ ਅਸੀਂ ਟਰੈਕਟਰ ਨਹੀਂ ਦਿਖਾਉਣਾ, ਵੀ ਉਹਨਾਂ ਨੂੰ ਕਹਿਤਾ ਵੀ ਤੁਸੀਂ ਕਹਿ ਦਿਓ ਯਾਰ ਵੀ ਸਾਡਾ ਟਰੈਕਟਰ ਹੈ ਨਹੀਂ ਕਰ। ਲੈ ਦੱਸੋ ਕਿੱਡੀ ਕੁ ਵੱਡੀ ਗੱਲ ਆ ਵੀ ਜੇ ਤੁਸੀਂ ਟਰੈਕਟਰ ਨੂੰ ਦਿਖਾ ਦਿਉਂਗੇ ਜਾਂ ਕੁਛ ਕਰ ਦਿਉਂਗੇ ਜਾਂ ਕਿਸੇ ਨੂੰ ਦੱਸ ਦਿਉਂਗੇ ਜੇ ਤੁਸੀਂ ਚੱਜ ਦੀ ਰਾਇ ਦੇ ਦਿਉਂਗੇ, ਨਹੀਂ। ਪਰ ਇਹ ਚੀਜ਼ਾਂ ਨਹੀਂ ਹੁੰਦੀਆਂ, ਅਤੇ ਪਤਾ ਨਹੀਂ ਕੀ ਆ ਲੋਕਾਂ ਦੀ ਸੋਚ ਵੀ ਇੱਦਾਂ ਦੀ ਕਿਉਂ ਸੋਚ ਹੋ ਜਾਂਦੀ ਆ ਕਿ ਯਾਰ ਵੀ ਜੇ ਅਸੀਂ ਕਿਸੇ ਨੂੰ ਦੱਸ ਦਿਉਂਗੇ। ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਕਿ ਵੀਰੇ ਸਾਡੇ ਨਾਲ ਬਹੁਤ ਵੱਡੀ ਖੇਤੀ ਕਰਦੇ ਆ ਬੰਦੇ ਵੀ, ਪਰ ਉਹ ਸਾਨੂੰ ਕੁਛ ਦੱਸਦੇ ਨਹੀਂ। ਵੀਰੇ ਯਾਰ ਠੀਕ ਆ, ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਵੀ ਲੱਗੂਗਾ ਜਾਂ ਕੁਛ ਵੀ ਆ, ਪਰ ਵੀਰੇ ਯਾਰ ਜ਼ਰੂਰ ਦੱਸਿਆ ਕਰੋ। ਇਹ 'ਚ ਕੋਈ ਆਪਣਾ ਨਾ ਉਹ ਨਹੀਂ ਹੈਗਾ, ਆਪਣਾ ਘਟਾ ਨਹੀਂ ਹੁੰਦਾ ਜਾਂ ਕੁਛ ਹੋ, ਇਹ ਨਹੀਂ ਗੱਲਾਂ ਹੁੰਦੀਆਂ। ਆਪਾਂ ਨੂੰ ਆਪਣੀ ਕੋਈ ਵੀ ਨੌਲੇਜ ਆ, ਚਾਹੇ ਤੁਹਾਨੂੰ ਕਿਸੇ ਵੀ ਚੀਜ਼ ਦੀ ਨੌਲੇਜ ਆ ਵੀਰੇ, ਤੁਸੀਂ ਠੀਕ ਆ, ਤੁਹਾਡੇ ਕੋਲ ਨੌਲੇਜ ਆ ਮਸ਼ੀਨਰੀ ਦੀ ਆ, ਖੇਤੀ ਦੀ ਆ, ਮੱਝਾਂ ਦੀ ਆ, ਕਿਸੇ ਵੀ ਚੀਜ਼ ਦੀ ਨੌਲੇਜ ਆ, ਯਾਰ ਉਹ ਆਪਣੇ ਜਿਹੜਾ ਨਾਲ ਦਾ ਮਿੱਤਰ ਜਾਂ ਗੁਆਂਢੀ ਜਾਂ ਪਿੰਡ ਦਾ ਜਾਂ ਕੋਈ ਬਾਹਰੋਂ ਵੀ ਤੁਹਾਨੂੰ ਫੋਨ ਕਰਦਾ ਜਾਂ ਤੁਹਾਤੋਂ ਪੁੱਛਦਾ, ਉਹਨੂੰ ਸਹੀ ਗਾਈਡ ਕਰਿਆ ਕਰੋ। ਅਤੇ ਕਿਉਂਕਿ ਸਾਰੇ ਆਪਣੇ ਭਰਾ ਵਾ, ਕਿਸੇ ਨੂੰ ਗਲਤ ਗਾਈਡ ਕਰਨਾ ਜਾਂ ਉਹ ਆਪਣੇ ਸਿਰ 'ਤੇ ਹੀ ਆਪਣੇ ਜੇ ਯਾਰ ਜੇ ਤੁਹਾਨੂੰ ਦੱਸ ਕੇ ਜੇ ਤੁਹਾਨੂੰ ਪੁੱਛ ਕੇ ਕੋਈ ਬੰਦਾ ਵਧੀਆ ਸਕਸੈਸ ਹੋ ਰਿਹਾ, ਤੁਸੀਂ ਫਕਰ ਮਹਿਸੂਸ ਕਰੋ ਯਾਰ ਵੀ ਠੀਕ ਆ ਵੀ ਵੀਰ ਨੇ ਕੰਮ ਇੰਨਾ ਸੋਹਣਾ ਕੀਤਾ ਵੀ ਯਾਰ ਵੀ ਬਹੁਤ ਵਧੀਆ ਕੰਮ ਕਰਨ ਲੱਗ ਗਿਆ, ਹੈ ਨਾ। ਇਹ ਚੀਜ਼ਾਂ ਦੀ ਗੌਰ ਕਰਿਆ ਕਰੋ ਵੀਰ ਬਣੇ, ਅਤੇ
ਬਸ ਇੱਦਾਂ ਹੀ ਗੱਲਬਾਤ ਹੁੰਦੀ ਆ ਜੋ ਵੀ ਹੈਗਾ ਮੇਰੇ ਆਪਣੇ ਕੋਲ ਤਾਂ ਵੀਰੇ ਜਿੰਨਾ ਕੁ ਵੀ ਮੈਨੂੰ ਪਤਾ ਲੱਗਦਾ ਆਪਾਂ ਤਾਂ ਉਹਦੀ ਜਦੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਵੀਡੀਓ ਪਾ ਕੇ ਦੱਸ ਦਿਉ ਭਾਈ ਆਹ ਚੀਜ਼ ਆਏ ਹਾਂ ਆਹ ਚੀਜ਼ ਆਏ ਹਾਂ ਮੈਨੂੰ ਨਹੀਂ ਉਹ ਗੱਲਾਂ ਦਾ ਹੁੰਦਾ ਹੁਣ ਜਿਵੇਂ ਅਰਜਨ ਟਰੈਕਟਰ ਦੀ ਮੈਂ ਤੁਹਾਨੂੰ ਦੱਸੀ ਆ ਗੱਲ ਉਹ ਯਾਰ ਜੋ ਹੈਗੀ ਆ ਉਹ ਦੱਸਤੀ ਇਹਦੇ ਵਿੱਚ ਕਿਹੜੀ ਗੱਲ ਆ ਠੀਕ ਨਹੀਂ ਆਪਾਂ ਨੂੰ ਕਿਹੜਾ ਕੋਈ ਕਿਸੇ ਦਾ ਡਰ ਆ ਪੈਸੇ ਲਾ ਕੇ ਟਰੈਕਟਰ ਖਰੀਦਿਆ ਕਿਸੇ ਦਾ ਡਰ ਆ ਨਾ ਕੁਛ ਵਾਸਤਾ ਆਪਣਾ ਆਪਦਾ ਟਰੈਕਟਰ ਆ ਮੈਂ ਆਪਦੇ ਟਰੈਕਟਰਾਂ ਦੇ ਪੈਸੇ ਲਾ ਕੇ ਖਰੀਦਿਆ ਚਾਹੇ ਜੋ ਕੁਛ ਮਰਜ਼ੀ ਕਰਾਂ ਚਾਹੇ ਜੋ ਕੁਛ ਮਰਜ਼ੀ ਕਰਾਂ ਮੈਨੂੰ ਕੋਈ ਉਹ ਰੋਕਣ ਵਾਲਾ ਨਹੀਂ ਹੈਗਾ ਹੈ ਨਾ ਜੋ ਹਾਂ ਪਰ ਜੋ ਮੇਰੀ ਇਹ ਗੱਲ ਆ ਕਿ ਜੋ ਹਕੀਕਤ ਆ ਮੈਂ ਉਹ ਦੱਸੀ ਆ ਕੋਈ ਵੀ ਆ ਜਾਵੇ ਵੀਰ ਚਲਾ ਕੇ ਦੇਖ ਲਵੇ ਜੇ ਕਿਸੇ ਨੂੰ ਲੱਗਦਾ ਕਿ ਹਾਂ ਨਹੀਂ ਸਾਡਾ ਟਰੈਕਟਰ ਬਹੁਤ ਵਧੀਆ ਜਾਂ ਸਾਡਾ ਐਂ ਆ ਮੈਂ ਨਹੀਂ ਮਾੜਾ ਨਹੀਂ ਕਹਿੰਦਾ ਰੋਟਾਵੇਟਰ 'ਤੇ ਜ਼ੋਰ ਪੂਰਾ ਲਾਉਂਦਾ ਹਲਾਂ 'ਤੇ ਜ਼ੋਰ ਪੂਰਾ ਲਾਉਂਦਾ ਤਵੀਆਂ 'ਤੇ ਪੂਰਾ ਜ਼ੋਰ ਲਾਉਂਦਾ ਤੇਲ ਖਰਚਾ ਘੱਟ ਆ ਖੱਤੇ ਦੇ ਵਿੱਚ ਪੂਰਾ ਸਹੀ ਤੇਲ ਖਾਂਦਾ ਪਰ ਰੋਡ ਦੇ ਉੱਤੇ ਜਾ ਕੇ ਖਤਮ ਹੁੰਦਾ ਰੋਡ 'ਤੇ ਜਾ ਕੇ ਕੰਮ ਨਹੀਂ ਕਰਦਾ ਰੋਡ 'ਤੇ ਸਾ ਮੇਰੇ ਕੋਲ ਅਲਟਰਾ ਸੀਗਾ ਅਰਜਨ 605 ਮੈਂ ਰੱਖਿਆ 6-7 ਮਹੀਨੇ ਚਲਾਇਆ ਉਹ ਬਹੁਤ ਸੋਹਣਾ ਚੱਲਦਾ ਹੁੰਦਾ ਜੀ ਅਰਜਨ ਉਹ ਨਹੀਂ ਟਰਾਲੀ ਨੇ ਦੱਬਦਾ ਉਹਦੇ ਮੈਂ ਟਰਾਲੀ 'ਚ 400-400 ਗੱਟੂ ਪਾ ਕੇ ਲੈ ਕੇ ਜਾਂਦਾ ਰਿਹਾ ਨਾ ਮੂਹਰੋਂ ਚੱਕ ਹੁੰਦਾ ਸੀ ਨਾ ਵਾਸਤਾ ਇੱਕ ਵੀਰ ਨੇ ਕਿਹਾ ਵੀ ਵੀਰੇ ਤੇਲ ਦਾ ਤਾਂ ਫਰਕ ਪਾਉਣਾ ਹੀ ਆ ਵੀ ਇਹ 4-wheel ਵੀਰੇ ਯਾਰ 4-wheel ਅਸੀਂ ਕਿਹੜਾ 4-wheel ਲਾ ਕੇ ਚਲਾਉਂਦੇ ਹਾਂ ਰੋਡ 'ਤੇ ਥੋੜ੍ਹੀ ਨਾ ਬਈ 4-wheel ਆਉਂਦਾ ਰੋਡ 'ਤੇ ਤਾਂ 2-wheel ਹੀ ਲੱਗਿਆ ਹੁੰਦਾ ਅਤੇ ਇਸ ਕਰਕੇ ਜਿਹੜੀ ਚੀਜ਼ ਸੱਚ ਆ ਉਹ ਦੱਸ ਦੇਣੀ ਚਾਹੀਦੀ ਆ ਜਿਹੜੀ ਚੀਜ਼ ਆਪਣਾ ਕਿਉਂਕਿ ਹੁਣ ਦੇਖੋ ਮੈਂ ਇਹ ਗੱਲ ਦੱਸੀ ਹੈ ਨਾ ਜਿਹੜੇ ਵੀਰ ਨੇ ਰੋਡ ਦੇ ਲਈ ਵਰਤਣਾ ਉਹ ਟਰੈਕਟਰ ਉਹ ਸੋਚੂਗਾ ਜਾਂ ਚਲਾ ਕੇ ਦੇਖ ਲਓ ਠੀਕ ਨਹੀਂ ਵੀ ਜਿਹੜਾ ਵਧੀਆ ਐਵੇਂ ਨਾ ਆਪਣੇ ਫਾਰਮ ਟਰੈਕ ਵਾਲਿਆਂ ਦਾ 60-60 ਆਉਂਦਾ ਸੀਗਾ ਉਹ ਵੀ ਐਵੇਂ ਕਰਦਾ ਸੀ ਉਹਦੀ ਵੀ ਰੋਡ 'ਤੇ ਜਮ੍ਹਾਂ ਹੀ ਖਤਮ ਸੀ ਉਹ ਵੀ ਉਹ ਆਪਾਂ ਰੱਖਿਆ ਰੋਟਾਵੇਟਰ 'ਤੇ ਬਾਈ ਐਡਾ ਕੁ ਤਕੜਾ ਟਰੈਕਟਰ ਸੀ ਉਹ 60-60 ਸੀਗਾ ਆਪਣੇ ਕੋਲ ਆਪਾਂ ਰੱਖਿਆ ਉਹ ਵੀ ਥੋੜ੍ਹਾ ਟਾਈਮ ਹੀ ਚਲਾਇਆ ਸੀਗਾ ਇੰਨਾ ਤਕੜਾ ਰੋਟਾਵੇਟਰ 'ਤੇ 'ਚ ਸੀਗਾ ਬਾਈ 10 ਫੁੱਟਾ ਰੋਟਾਵੇਟਰ ਉਹ ਪੂਰਾ ਹੱਸ ਕੇ ਚਲਾਉਂਦਾ ਸੀ ਤੇਲ ਖਰਚਾ ਨਾ ਬਰਾਬਰ ਸੀਗਾ ਇੰਨਾ ਜ਼ਿਆਦਾ ਤੇਲ ਖਰਚਾ ਘੱਟ ਸੀਗਾ ਉਹਦਾ ਬਹੁਤ ਘੱਟ ਤੇਲ ਖਰਚਾ ਸੀ ਪਰ ਇੰਨਾ ਵਧੀਆ ਚੱਲਦਾ ਸੀ ਤੁਸੀਂ ਗੱਲ ਹੀ ਛੱਡ ਦਿਓ ਅਤੇ ਰੋਡ 'ਤੇ ਬਸ ਮਰ ਜਾਂਦਾ ਸੀ ਟਰਾਲੀ ਨੂੰ ਵੀ ਮਰ ਜਾਂਦਾ ਸੀ ਬਸ ਊਂ ਟਰਾਲੀ ਨੂੰ ਜ਼ੋਰ ਲਾ ਲੈਂਦਾ ਸੀ ਪਰ ਰੋਡ 'ਤੇ ਨਹੀਂ ਸੀ ਉਹ ਕੰਮ ਕਰਦਾ ਪਤਾ ਨਹੀਂ ਕੀ ਸੀ ਉਹਨੂੰ ਉਹ ਟਰਬੋ ਵਾਲਾ ਸੀਗਾ ਬਸ ਉਹ ਵੀ ਇਹੀ ਹਾਲ ਸੀ ਆ ਅਰਜਨ ਦਾ ਵੀ ਕੱਲ੍ਹ ਉਹੀ ਹਾਲ ਰਿਹਾ ਅਤੇ ਖੱਤੇ 'ਚ ਸਾਡਾ ਪੂਰਾ ਵਧੀਆ ਕਰਦਾ ਨਾ ਦੱਬਦਾ ਨਾ ਰੋਟਾਵੇਟਰ ਰੋਟਾਵੇਟਰ ਜਿੰਨਾ ਮਰਜ਼ੀ ਕਹਿ ਦਿਓ ਲਾਈ ਚੱਲੋ ਲਾਈ ਜਾਂਦਾ ਪਰ ਆ ਪਤਾ ਨਹੀਂ ਕੀ ਕਿੱਥੋਂ ਪ੍ਰੋਬਲਮ ਹੈ ਇਹਦੇ ਪ੍ਰੋਬਲਮ ਨਹੀਂ ਜਾਂ ਕੀ ਇਹਦੇ ਵਿੱਚ ਕਰਿਆ ਹੋਇਆ ਚਲੋ ਬਾਕੀ ਹੁਣ ਸਾਰੇ ਵੀਰਾਂ ਨੂੰ ਮਿਲਾਂਗੇ ਕੱਲ੍ਹ ਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਕੋਈ ਦੇਖਾਂਗੇ ਕੀ ਕਰਦੇ ਹਾਂ ਆਪਾਂ ਆਲੂ ਬੀਜਣ ਲੱਗਣਾ ਵਾ ਪਰ ਹਜੇ ਥੋੜ੍ਹਾ ਟੈਂਪਰੇਚਰ ਜ਼ਿਆਦਾ ਤਾਂ ਕਰਕੇ ਨਹੀਂ ਹਜੇ ਸ਼ੁਰੂ ਕੀਤਾ ਅਤੇ ਦੇਖਦੇ ਹਾਂ ਬਾਕੀ ਕਰਦੇ ਹਾਂ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ